ਉਦਾਸੀਨ ਆਸ਼ਰਮ ਡੇਰਾ ਬਾਬਾ ਧਿਆਨ ਦਾਸ ਜੀ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਸ਼੍ਰੀਮਾਨ 108 ਬਾਬਾ ਧਿਆਨ ਦਾਸ ਜੀ ਬਾਬਾ ਜਿਉਂ ਦਾਸ ਜੀ ਸਵਾਮੀ ਸੋਹਣ ਮੁਨੀ ਦੀ ਯਾਦ ਵਿੱਚ ਸਲਾਨਾ ਭੰਡਾਰਾ ਅਸਥਾਨ ਦੇ ਵਰਤਮਾਨ ਗੱਦੀ ਨਿਸ਼ੀਨ ਮਹੰਤ ਕੇਸ਼ੋ ਰਾਮ ਜੀ ਦੀ ਦੇਖ ਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਮਾਗਮ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਮਹੰਤ ਮਹਿੰਦਰ ਸਿੰਘ ਜੀ ਕੋਠਾ ਗੁਰੂ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਬਰਸ਼ੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜੋ ਸਾਰੀ ਆਪਣੀ ਜ਼ਿੰਦਗੀ ਪਰਉਪਕਾਰ ਕਰ ਜਾਂਦੇ ਨੇ। ਪਰਉਪਕਾਰ ਕਰਨਾ ਸਾਧੂਆਂ ਦੇ ਹਿੱਸੇ ਆਉਂਦਾ ਖਾਸ ਤੌਰ 'ਤੇ। ਤਕਰੀਬਨ ਜਿੰਨੇ ਵੀ ਸੰਤ ਲੋਕ ਨੇ ਉਹ ਸਾਰੀ ਜ਼ਿੰਦਗੀ ਪਰਉਪਕਾਰ ਕਰਦੇ ਨੇ। ਪਰਉਪਕਾਰ ਤੌਰ 'ਤੇ ਇੱਕ ਲਿਖਾਰੀ ਨੇ ਤੁਲਨਾ ਕੀਤੀ ਹੈ, ਇੱਕ ਪਾਸੇ ਸੰਤ ਮਹਾਂਪੁਰਸ਼ਾਂ ਦੀ ਤੁਲਨਾ ਕੀਤੀ ਹੈ, ਦੂਸਰੇ ਪਾਸੇ ਪਾਰਸ ਦੀ ਤੁਲਨਾ ਕੀਤੀ ਹੈ। ਪਾਰਸ ਇੱਕ ਬਹੁਤ ਮਹਾਨ ਕੀਮਤੀ ਚੀਜ਼ ਮੰਨੀ ਜਾ ਰਹੀ ਹੈ, ਕਿਉਂਕਿ ਸਿਉਣਾ ਆਪਾਂ ਵੱਧ ਤੋਂ ਵੱਧ ਕੀਮਤੀ ਮੰਨਦੇ ਹਾਂ। ਪਾਰਸ ਇੱਕ ਐਸੀ ਚੀਜ਼ ਹੈ, ਛੋਟੀ ਜਿਹੀ ਵੱਡੀ, ਜੇਕਰ ਕਿਸੇ ਲੋਹੇ ਦੇ ਟੁਕੜੇ ਨੂੰ ਲਾ ਦਈਏ ਉਹਨੂੰ ਸਿਉਣਾ ਬਣਾ ਦਿੰਦੀ ਹੈ। ਇਸ ਕਰਕੇ ਉਹਨੂੰ ਮਹਾਨ ਮੰਨਿਆ ਗਿਆ ਦੁਨੀਆਂ ਦੇ ਵਿੱਚ। ਪਰ ਸੰਤ ਲੋਕ ਉਦੋਂ ਵੀ ਮਹਾਨ ਨੇ, ਸੰਤ ਲੋਕ ਜਿਸ ਪ੍ਰਾਣੀ 'ਤੇ ਕਿਰਪਾ ਕਰ ਦੇਣ, ਜਿਹਨੂੰ ਆਸ਼ੀਰਵਾਦ ਦੇ ਦੇਣ, ਉਹਨੂੰ ਗੁਣਾ ਭਰਪੂਰ ਸੰਤ ਬਣਾ ਦਿੰਦੇ ਨੇ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਇਸ ਸਮੇਂ ਮਹੰਤ ਗੋਵਿੰਦਾਨੰਦ ਜੀ ਹੀਰੇ ਵਾਲੇ, ਮਹੰਤ ਸਦੇਵ ਮੁਨੀ ਜੀ ਮਾਨਸਾ, ਮਹੰਤ ਰਤਨਦਾਸ ਜੀ ਜਖੇਪਲ, ਮਹੰਤ ਸ਼ਾਂਤਾਨੰਦ ਜੀ ਬੀਰੋਕੇ, ਮਹੰਤ ਗਿਆਨਦਾਸ ਜੀ ਜੱਜਲ, ਮਹੰਤ ਭੀਮਦਾਸ ਜੀ ਮਾਹੀ ਨੰਗਲ, ਮਹੰਤ ਹਰਵੰਸਦਾਸ ਜੀ ਜਗਾ ਰਾਮ ਤੀਰਥ, ਮਹੰਤ ਵਕੀਲਦਾਸ ਜੀ ਮਿਠੜੀ, ਮਹੰਤ ਭਰਪੂਰਦਾਸ ਜੀ ਮਲਕਾਣਾ, ਮਹੰਤ ਭੂਰਾਦਾਸ ਜੀ ਬੋਲਿਆਂ ਵਾਲੀ, ਮਹੰਤ ਸ਼ਿਵਾਨੰਦ ਜੀ ਕਿਓਲ, ਮਹੰਤ ਅੰਮ੍ਰਿਤ ਮੁਨੀ ਜੀ ਮਾਨਸਾ, ਮਹੰਤ ਰਮੇਸ਼ ਮੁਨੀ ਜੀ ਤਲਵੰਡੀ, ਮਹੰਤ ਭੂਮਾਨੰਦ ਜੀ ਰਾਪੁਰ, ਮਹੰਤ ਬਿੱਕਰਦਾਸ ਜੀ ਸਦੂਲੇ ਵਾਲਾ, ਮਹੰਤ ਬਿਕਰਮਦਾਸ ਜੀ ਬਠਿੰਡਾ, ਪ੍ਰੈਜੀਡੈਂਟ ਮਹੰਤ ਸਦੇਵ ਪ੍ਰਕਾਸ਼ ਜੀ ਮਹਿਮਾ ਸਰਜਾ, ਮਹੰਤ ਕੁੰਭਦਾਸ ਜੀ ਲੰਗ, ਮਹੰਤ ਮੱਖਣ ਮੁਨੀ ਜੀ ਡੁੰਮ, ਮਹੰਤ ਸਤਮੁਨੀ ਜੀ ਲਹਿਰੀ, ਮਹੰਤ ਠਾਕੁਰਦਾਸ ਜੀ ਘਰਾਚੋਂ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਕੇਸ਼ਵ ਰਾਮ ਜੀ ਕੋਟ ਸ਼ਮੀਰ, ਮਹੰਤ ਗੁਰਸ਼ਰਨਦਾਸ ਜੀ ਮੌੜ ਮੰਡੀ ਅਤੇ SGPC ਮੈਂਬਰ ਸਰਦਾਰ ਅਮਰੀਕ ਸਿੰਘ ਕੋਟ ਸ਼ਮੀਰ ਨੇ ਆਪਣੇ ਵਿਚਾਰ ਰੱਖੇ। ਡੇਰਾ ਬਾਬਾ ਧਿਆਨ ਦਾਸ ਕੋਟ ਸ਼ਮੀਰ ਵਿਖੇ ਮਹਾਂਪੁਰਖ ਬਾਬਾ ਧਿਆਨ ਦਾਸ ਜੀ, ਬਾਬਾ ਜੋਨ ਦਾਸ ਜੀ, ਸਵਾਮੀ ਸੋਹਣ ਮੁਨੀ ਜੀ ਮਹਾਰਾਜ ਦੀ ਸਾਲਾਨਾ ਸਮਾਗਮ, ਸਾਲਾਨਾ ਬਰਸੀ ਬੜੀ ਧੂਮਧਾਮ ਦੇ ਨਾਲ ਇਲਾਕਾ ਨਿਵਾਸੀਆਂ ਨੇ, ਪਿੰਡ ਵਾਸੀਆਂ ਨੇ, ਬਹੁਤ ਦੂਰ ਦੂਰ ਤੋਂ ਸੰਗਤਾਂ ਨੇ ਆ ਕਰਕੇ ਇਸ ਦਿਨ 'ਤੇ ਹਾਜ਼ਰੀ ਭਰੀ ਹੈ। ਅਤੇ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਮਹਾਂਪੁਰਖਾਂ ਨੇ ਆ ਕਰਕੇ ਇੱਥੇ ਦਰਸ਼ਨ ਦਿੱਤੇ। ਅਸੀਂ ਸਾਰੇ ਹੀ ਮਹਾਂਪੁਰਖਾਂ ਦਾ, ਜੋ ਵੀ ਮਹਾਂਪੁਰਖ ਇੱਥੇ ਅੱਜ ਆਏ ਹਨ ਅਤੇ ਜੋ ਵੀ ਸੰਗਤ ਇੱਥੇ ਦੂਰ ਦੁਰਾਡੇ ਤੋਂ, ਬਹੁਤ ਦੂਰ ਤੋਂ ਆਈ ਹੈ, ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੋ ਇਸ ਡੇਰੇ ਦੇ ਮਹੰਤ ਬਾਬਾ ਕੇਸ਼ਵ ਰਾਮ ਜੀ ਸਾਲ ਦੇ ਸਾਲ ਸੰਤ ਮਹਾਂਪੁਰਸ਼ਾਂ ਦੀ ਇਹ ਵਰਸੀ ਮਨਾਉਂਦੇ ਹੈ, ਇਸ ਦਿਨ 'ਤੇ ਬਹੁਤ ਹੀ ਉੱਚ ਵਿਦਵਾਨ ਸਾਧੂ ਮਹਾਤਮਾ ਇੱਥੇ ਹਾਜ਼ਰੀ ਭਰਦੇ ਹੈ ਅਤੇ ਇਸ ਪਵਿੱਤਰ ਸਥਾਨ 'ਤੇ ਜੋ ਸਾਧ ਸੰਗਤ ਬਹੁਤ ਭਾਰੀ ਇਕੱਠ ਹੁੰਦਾ ਹੈ, ਇਸ ਦਿਨ 'ਤੇ ਅਸੀਂ ਜਿੱਥੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਲੈਂਦੇ ਹਾਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਠ ਦੇ ਭੋਗ ਪਾ ਕੇ ਅਰਦਾਸ ਬੇਨਤੀ ਕਰਕੇ ਇਹ ਦਿਨ ਮਨਾਇਆ ਜਾਂਦਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ
संत महापुरश केशव राम जी ने इस डेरे का बहुत वधिया सुचजे ढंग नाल प्रबंध चला रहे हैं। बाबा ध्यान दास जी महाराज डेरा कोट शमीर जिन्हां महापुरशां दे सालाना प्रोग्राम नूं उपलक्ष्य रखते हुए महाराज श्रीमान 108 साढ़े श्री महंत संत गोविंदानंद जी हीरे वाले ते श्रीमान 108 महंत केशव राम जी सो प्रेरणा दा सदका जो अज दूरों नेड़ों चल के आई हैं संगतां असी उन्हां दा अते कोटान कोटान धन्नवाद श्री गुरु ग्रंथ साहिब जी दा शुकराना करदे हां कि अज जो प्रोग्राम सी सारा असी सालाना बरसी नूं मुख रखदे होए कीता इन्हां महापुरशां दा उपराला कृपा दा सदका। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਬੜੀ ਮੁਸ਼ਕਿਲ ਦੇ ਨਾਲ ਮਿਲਿਆ ਮੈਨੂੰ ਤੇਰਾ ਦਵਾਰਾ ਏ ਬਾਬਾ ਤੇਰਾ ਦਵਾਰਾ ਤੇਰਾ ਸਹਾਰਾ ਏ ਬਾਬਾ ਤੇਰਾ ਸਹਾਰਾ ਏ ਮੈਨੂੰ ਇੱਕੋ ਤੇਰਾ ਆਸਰਾ ਨਾਲ ਤੇਰਾ ਸਹਾਰਾ ਏ ਬਾਬਾ ਤੇਰਾ ਸਹਾਰਾ ਏ ਹੁਣ ਤੇਰੇ ਹੀ ਭਰੋਸੇ ਉੱਡਦੀ ਜਾਵਾਂ।